ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ نیوز ਟੀਵੀ ਦੇਖ ਰਹੇ ਸਾਰੇ ਸ੍ਰੋਤਿਆਂ ਦਾ ਜੀ ਆਇਆਂ ਨੂੰ ਜੀ ਆਖਰ ਹੁਣੇ-ਹੁਣੇ ਖੇਤੀ ਕਾਨੂੰਨਾਂ ਦੇ ਕਰਕੇ ਮੋਦੀ ਲਈ ਆਈ ਇਹ ਮਾੜੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੋ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਵੀ ਕਰ ਦਿਓ ਪੰਜਾਬ ਵਿੱਚ ਨਗਰ ਕੌਸ਼ਲ ਨਗਰ ਪਾਲਿਕਾ ਤੇ ਨਗਰ ਪੰਚਾਇਤਾਂ ਦੇ ਚੋਣਾਂ ਪਿਛਲੇ ਕਈ ਦਿਨਾਂ ਦਾ ਮੁੱਦਾ ਬਣੀਆਂ ਹਨ ਪੰਜਾਬ ਬੰਦਰ ਹੋਈਆਂ ਇਹਨਾਂ ਚੋਣਾਂ ਕਾਰਨ ਸਿਆਸਤ ਗਰਮ ਮਰੀ ਮਈ ਹੈ कोरोना ਸਮੇਂ ਚੋਣਾ ਕਰਵਾਏ ਜਾਣ ਦੇ ਕੀਤੇ ਗਏ ਐਲਾਨ ਤੋਂ ਲੈ ਕੇ ਹੁਣ ਤੱਕ ਸਿਆਸੀ ਪਾਰਟੀਆਂ ਵੱਲੋਂ ਆਪਣੀ ਸਰਗਰਮੀ ਤੇਜ਼ ਕੀਤੀ ਗਈ ਹੈ ਸੂਬੇ ਅੰਦਰ ਕਈ ਜਗ੍ਹਾ ਉੱਪਰ ਹੋਈਆਂ ਇਹ ਚੋਣਾਂ 14 ਫਰਵਰੀ ਨੂੰ ਮੁਕੰਮਲ ਹੋਣੀਆਂ ਸਨ ਕੁਝ ਜਗ੍ਹਾ EVM ਮਸ਼ੀਨਾਂ ਵਿੱਚ ਆਈ ਤਕਨੀਕੀ ਖਰਾਬੀ ਕਰਕੇ ਕੁਝ ਜਗ੍ਹਾ ਉੱਪਰ ਫਿਰ ਤੋਂ 16 ਫਰਵਰੀ ਨੂੰ ਚੋਣਾਂ ਕਰਵਾਈਆਂ ਗਈਆਂ ਸਨ ਸੂਬੇ ਅੰਦਰ ਜਿੱਥੇ ਚੋਣਾ ਸ਼ਾਂਤ ਮਹਿ ਰਹੀਆਂ ਉੱਥੇ ਹੀ ਕਈ ਜਗ੍ਹਾ ਤੋਂ ਕੁਝ ਘਟਨਾਵਾਂ ਵਾਪਰਦੀਆਂ ਖ਼ਬਰਾਂ ਸਾਹਮਣੇ ਆਈਆਂ ਇੰਨਾ ਚੋਣਾਂ ਦੀ ਗਿਣਤੀ ਅਤੇ ਐਲਾਨ ਸਾਰਫਰ ਨੂੰ ਕੀਤਾ ਜਾਣਾ ਤੈਅ ਕੀਤਾ ਗਿਆ ਸੀ ਹੁਣ ਖੇਤੀ ਕਾਨੂੰਨਾਂ ਕਰਕੇ ਮੋਦੀ ਸਰਕਾਰ ਲਈ ਇੱਕ ਮਾੜੀ ਖਬਰ ਸਾਹਮਣੇ ਆਈ ਹੈ ਜਿਸ ਦੀ ਸਾਰੇ ਪਾਸੇ ਚਰਚਾ ਹੋ ਗਈ ਹੈ ਸੂਬੇ ਵਿੱਚ 14 ਫਰਵ ਨੂੰ ਹੋਈਆਂ ਵੋਟਾਂ ਦੀ ਗਿਣਤੀ ਅੱਜ ਚੱਲ ਰਹੀ ਹੈ ਕਈ ਜਗ੍ਹਾ ਉਪਰ ਨਤੀਜੇ ਐਲਾਨ ਕਰ ਦਿੱਤੇ ਗਏ ਨੇ ਜਿਨ੍ਹਾਂ ਦੀ ਜਾਣਕਾਰੀ ਸਾਹਮਣੇ ਆਈ ਹੈ ਖੇਤੀ ਕਾਨੂੰਨਾਂ ਦੇ ਕਾਰਨ ਭਾਜਪਾ ਪਾਰਟੀ ਨੂੰ ਪੰਜਾਬ ਮੰਦਰ ਹਾਰ ਦਾ ਸਾਹਮਣਾ ਕਰਨਾ ਪਿਆ ਅੰਮ੍ਰਿਤਸਰ ਵਿੱਚ ਇਸ ਪਾਈਪਾ ਪਾਰਟੀ ਦਾ ਸਾਇਆ ਹੋਇਆ ਉੱਥੇ ਹੀ ਜ਼ਿਲ੍ਹੇ ਦੀ ਸ਼ੇ ਨਗਰ ਨਿਗਮ ਨਗਰ ਕੋਸ਼ਲ ਨਗਰ ਪੰਚਾਇਤ ਦੀਆਂ 3 ਸੀਟਾਂ ਉੱਪਰ ਹੋਣਾ ਕਰਵਾਈਆਂ ਗਈਆਂ ਅੱਜ ਪ੍ਰਾਪਤ ਹੋਏ ਨਤੀਜਿਆਂ ਵਿੱਚ 40 ਸੀਟਾਂ ਤੇ ਕਾਂਗਰਸ ਵੱਲੋਂ ਜਿੱਤ ਦਰਜ ਕੀਤੀ ਗਈ 25 ਸੀਟਾਂ ਕਾਂਗਰਸ ਉਮੀਦਵਾਰ ਅਤੇ 3 ਸੀਟਾਂ ਦੇ ਆਜ਼ਾਦ ਉਮੀਦਵਾਰ ਕਬਜ਼ਾ ਕਰਨ ਵਿੱਚ ਕਾਮਯਾਬ ਹੋਏ ਅੰਮ੍ਰਿਤਸਰ ਵਿੱਚ ਵਾਰਡ ਨੰਬਰ 7 ਦੀ ਤੋਂ ਉਪਚੋਣ ਕਾਂਗਰਸ ਦੇ ਉਮੀਦਵਾਰ ਗਗਨਦੀਪ ਸਿੰਘ ਸਹਿਜ਼ਰਾਂ 130 ਵੋਟਾਂ ਦੇ ਫਰਕ ਨਾਲ ਅਕਾਲੀ ਉਮੀਦਵਾਰ ਨੂੰ ਹਰਾ ਦਿੱਤਾ। ਉੱਥੇ ਹੀ ਅਜਨਾਲਾ ਵਿੱਚ ਨਗਰ ਕੌਸ਼ਲ ਦੀਆਂ 15 ਸੀਟਾਂ ਵਿੱਚ 8 ਸ਼੍ਰੋਮਣੀ ਅਕਾਲੀ ਦਲ ਤੇ 7 ਕਾਂਗਰਸ ਨੂੰ ਜਿੱਤ ਦਰਜ ਕੀਤੀ ਗਈ। ਜੁੰਡੀ ਆਲਾ ਗੁਰੂ ਦੀਆਂ 15 ਸੀਟਾਂ ਵਿੱਚੋਂ 10 ਤੇ ਕਾਂਗਰਸ ਤੇ 3 ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿੱਤ ਦਰਜ ਕੀਤੀ ਗਈ। ਰਾਮਦਾਸ ਦੀਆਂ 11 ਸੀਟਾਂ ਵਿੱਚੋਂ 8 ਸੀਟਾਂ ਕਾਂਗਰਸ ਤੇ 3 ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਵਿੱਚ ਆਈਆਂ। ਮਜੀਠਾਣਾਗਰ ਵਿਕੋਸ਼ਲ ਵਿੱਚ 13 ਸੀਟਾਂ ਉਪਰਚੋਣ ਕਰਵਾਈ ਗਈ ਜਿਸ ਵਿੱਚ 10 ਤੇ ਅਕਾਲੀ ਦਲ ਦੇ 2 ਤੇ ਕਾਂਗਰਸ ਨੇ ਕਬਜ਼ਾ ਕੀਤਾ। ਰਈਆਨਗਰ ਪੰਚਾਇਤ ਦੀ 13 ਸੀਟਾਂ ਵਿੱਚ ਕਾਂਗਰਸ ਦੇ ਹਿੱਸੇ ਤੇ 12 ਵਿੱਚ ਅਤੇ ਇੱਕ ਸੀਟ ਪ੍ਰਾਪਤ ਹੋਈ। ਖਬਰ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।